ਸੰਤਾਂ ਦੇ ਹੱਥਾਂ ਵਿੱਚ ਫੜਿਆ ਕੀ ਤੇ ਬਰਗਾਨੀ ਧੱਕੇ ਨਾਲ ਜਿਹਨੂੰ ਕੱਪ ਦੋਗੇ ਕਸ਼ਮੀਰ ਦੇ ਬਰਗਾਨੀ ਹੋਕਣ ਤਰਸ ਵਾਲਿਆਂ ਮਰਦਾਂ ਦਾ ਜਨਾਬ ਕਹਿੰਦੇ ਆ ਦਿੱਲੀ ਵੀ ਨੱਪ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਖਾਇ ਖਾਇ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਹਲੇ ਵੀ ਅੱਖਾਂ ਤੈਨੂੰ ਰੱਖ ਦੂੰ ਮੋੜਦਾ ਡੰਡਿਆਂ ਦੇ ਕਿਧਰੇ ਹਰੇ ਤੋਂ ਕੇਸਰੀ ਨਾ ਰੰਗ ਹੋ ਜਾਣ ਡੰਡਿਆਂ ਦੇ ਮੂਸੇ ਵਾਲੇ ਹੁਣੀ ਕੁੱਟਣੀ ਤੇਰੀ ਜਾਬ ਕਹਿੰਦੇ ਆ ਦਿੱਲੀ ਵੀ ਨੱਪ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਖਾਇ ਖਾਇ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਮੁੱਠ ਤੋਂ ਮੇਰੇ ਖੱਲਾ ਫਤੂ ਤੇ ਆਡਰ ਦਲੀਏ ਨੀ ਪੁੱਤੀ ਨਾ ਤੈਨੂੰ ਵੀ ਲੱਗਦੇ ਪਾਡਰ ਦਲੀਏ ਨੀ ਤੂੰ ਤੇ ਗੋਡਾ ਧਰ ਕੇ ਦਿੰਦੇ ਦਾਵ ਕਹਿੰਦੇ ਆ ਦਿੱਲੀ ਵੀ ਨੱਪ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਉਹ ਦਿੱਲੀ ਵੀ ਨੱਪ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਬੋਲੇ ਜਿਵੇਂ ਅਸੀਂ ਯੋਗਦਾਨ ਪਾ ਸਕਦੇ ਹਾਂ ਉਹ ਜ਼ਰੂਰ ਪਾਉਂਦੇ ਹਾਂ। ਪਿੱਛੇ ਜੇ ਆਪਣਾ ਗਾਣਾ ਆਇਆ ਸੀ ਪੱਗਾਂ ਚੋਕਦੀਆਂ, ਅਸੀਂ ਉਹਦੀਆਂ ਚੰਦ ਲਾਈਨਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਕਿਉਂਕਿ ਉਹ ਗਾਣਾ ਸੱਚੀ ਸਰਕਾਰ ਨੂੰ ਚੋਕ ਗਿਆ। ਉਹਨਾਂ ਨੇ ਇੰਡੀਆ ਦੇ ਵਿੱਚੋਂ ਬੈਨ ਕਰ ਦਿੱਤਾ। ਉਹ ਕੀ ਕਹਿੰਦਾ ਸੀ, ਹੋਏ ਉਹ ਤਾਂ ਆਉਂਦੇ ਹੀ ਨੀ ਹੈਗੀ ਇਸ ਗੱਲ ਤੇ ਕਿਵੇਂ ਗੋਲੀਆਂ ਹਿੱਕਾਂ 'ਚ ਅਸੀਂ ਖਾਧੀਆਂ, ਉਹ ਤਾਂ ਗੱਲ ਗੱਲ ਹੀ ਉੱਤੇ ਆਖ ਦਿੰਦੇ ਆ ਸਾਨੂੰ ਚਰਖੇ ਨਾ ਮਿਲੀਆਂ ਇਹ ਜਾਂਦੀਆਂ ਗੱਲਾਂ ਹੱਕ ਤੇ ਸੱਚ ਦੀਆਂ ਹੁਣ ਕਿੱਥੇ ਪੁੱਗਦੀਆਂ ਉਹ ਨਾ ਨੂੰ ਅਸੀਂ ਰਾਖੀ ਕੀਤੀ ਜਿੰਨਾ ਦੀ ਹੁਣ ਪੱਗਾਂ ਚੁੱਕਦੀਆਂ ਉਹ ਨਾ ਨੂੰ ਇਹ ਵਾਕਈ ਪੱਗਾਂ ਚੁੱਕਦੀਆਂ। ਇੱਕ ਗੱਲ ਹੋਰ ਚੁੱਭ ਗਈ ਆ ਆਪਣੇ ਸਿੱਖ ਕੌਮ ਦਾ, ਆਪਾਂ ਇੱਕ ਖਾਲਸਾ ਐਡ ਉਹਨਾਂ ਨੇ ਟਵਿੱਟਰ ਤੋਂ ਵੀ ਬੈਨ ਕਰਤਾ, ਉਹਨਾਂ ਦਾ ਕੀ ਕੰਮ ਆ? ਆਪਾਂ ਕਦੀ ਜਾਤ ਵੇਖੀ ਆ, ਕੋਈ ਧਰਮ ਵੇਖਿਆ? ਜਿੱਥੇ ਵੀ ਕੋਈ ਕੁਦਰਤੀ ਆਫਤ ਆਉਂਦੀ ਆਪਾਂ ਜਾ ਕੇ ਲੰਗਰ ਲਾਉਂਦੇ ਆ, ਉਹ ਵੀ ਗੱਲ ਚੁੱਭ ਗਈ। ਉੱਤੇ ਕਹਿੰਦਾ, ਉਹ ਕੱਲੇ ਲੰਗਰੇ ਜੇ ਲਾਈਏ ਅਸੀਂ ਚੰਗਿਆਂ, ਜੇ ਗੱਲ ਹੱਕ ਦੀ ਕਰੀ ਤਾਂ ਅੱਤਵਾਦੀਆਂ, ਆ ਤੁਹਾਡਾ ਮੀਡੀਆ ਭਗੌੜਾ ਦੱਸੀ ਜਾਂਦਾ ਏ ਪਰ ਗੁਰੂ ਦੀ ਨਿਗਾਹ 'ਚ ਅਸੀਂ ਬਾਗੀਆਂ, ਆਉ ਲਿਖਤਾ ਰੂਬੀ ਚੱਖਿਆ ਓਏ ਵਾਂਗ ਤੀਰਾ ਖੁੱਕਦੀਆਂ ਓ ਨਾ ਨੂੰ ਅਸੀਂ ਰਾਖੀ ਕੀਤੀ ਜਿੰਨਾ ਦੀ ਹੁਣ ਪੱਗਾਂ ਚੁੱਕਦੀਆਂ ਓ ਨਾ ਨੂੰ ਇੱਕ ਵਾਰੀ ਜਕਾਰਾ ਲਾ ਦੋ ਤੇ ਬਾਕੀ ਚੁੱਕਦੀਆਂ ਬੋਲੇ ਸੋ ਨਿਹਾਲ। ਇੰਨੀਆਂ ਕੁ ਬੇਨਤੀਆਂ ਨੇ, ਦੋ ਕੁ ਲੈਂਦਾ ਮੈਂ ਤੁਹਾਨੂੰ ਹੋਰ ਸੁਣਾਉਣਾ ਕਿ ਆਪਾਂ ਇੱਥੇ ਜਿਹੜੇ ਜ਼ਿਮੀਂਦਾਰ ਬੈਠੇ ਉਹੀ ਪੰਜਾਬ ਹੈ ਜਿਹੜਾ ਹੱਕਾਂ ਲਈ ਖੜਦਾ। ਇੱਕ ਗੀਤ ਹੋਰ ਆਇਆ ਸੀ, ਉਹ ਕਹਿੰਦਾ, ਹੋਏ ਨਾ ਸਮਝਿਓ ਦੱਬ ਗਿਆ ਜੇ ਮੈਂ ਬੋਲਦਾ ਨਹੀਂ, ਮਾੜੀ ਮੋਟੀ ਗੱਲ ਨੂੰ ਗੱਭਰੂ ਗਾਉਂਦਾ ਨਹੀਂ, ਹੋ ਕਿਹੜਾ ਜੰਮਿਆ ਮਾਂ ਨੇ ਜਿਹੜਾ ਹੱਥ ਕਰਮੇ ਨੂੰ ਪਾਜੂ, ਜੇ ਜੱਟ ਆਈ ਤੇ ਆ ਗਿਆ ਤੇਰੀ ਦਿੱਲੀ ਮੂਰੇ ਲਾ ਲੂ, ਜੇ ਜੱਟ ਆਈ ਤੇ ਆ ਗਿਆ ਦਿੱਲੀ ਮੂਰੇ ਲਾ ਲੂ, ਜੇ ਜੱਟ ਆਈ ਤੇ ਆ ਗਿਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਬੋਲੇ ਸੋ ਨਿਹਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬੋਲਣ ਵਾਲੇ ਮੈਨੂੰ ਲੱਗਦਾ ਕਾਫੀ ਆ ਤੇ ਬਾਹਲਾ ਸਮਾਂ ਨਹੀਂ ਦਿੰਦੇ ਸੀ ਨਾ, ਤੇ ਆਪਣਾ ਗਾਣਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਾਂ ਦਿੰਦਾ ਬਾਈ, ਤੁਹਾਡੇ ਸਾਰਿਆਂ ਦੇ ਹਿੱਸੇ ਸੂਰਮੀਰਤਾ ਦਾ ਖਿਤਾਬ ਆਇਆ, ਕਿਉਂਕਿ ਜਿਹੜੇ ਇੱਥੇ ਬੈਠੇ ਹੋ ਸਾਰੇ ਸੂਰਮੀ ਹੋ, ਗੋਜਰ ਘਰਾਂ 'ਚ ਬੈਠੇ ਆ ਸਾਰੇ, ਹੈ ਨਾ। ਤੇ ਪੱਗਾਂ ਚੋਲੀਆਂ ਗਾਣਾ ਆਪਣਾ ਲਿਖਿਆ ਸੀ, ਬਾਈ ਨੇ ਕਿਹਾ ਸੀ, ਬਾਈ ਨੇ ਸੁਣਾਤਾ। ਤੇ ਮੇਰਾ ਪਿਛਲੇ ਸਾਲ ਇੱਕ ਹੋਰ ਗਾਣਾ ਆਇਆ ਸੀ, ਮੈਂ ਉਹਦੇ ਦੋ ਬੋਲ ਸੁਣਾ ਕੇ ਬਸ ਇਜਾਜ਼ਤ ਲਊਗਾ। ਕਹਿੰਦਾ ਪੰਜਾਬ ਨੂੰ ਲੈ ਕੇ ਸੋਚ ਨੀ ਚੰਗੀ, ਸੈਂਟਰ ਨੀ ਤੋਂ ਖੋਟੀ ਦੀ, ਸੋਚ ਮਾਰਤੀ ਖੇਡ ਮਾਰਤੀ ਕਲਮ ਮਾਰਤੀ ਚੁੱਕੀ ਦੀ, ਯੂਨੀਵਰਸਿਟੀਆਂ ਖੋਦਿਆ ਕਦੇ ਡਾਕੇ ਬਚਦੇ ਪਾਣੀਆਂ ਦੇ, ਧਰਮ ਤੇ ਕਰਦੇ ਰਾਜਨੀਤੀਆਂ ਪਾੜ ਕੇ ਪੰਨੇ ਬਾਣੀਆਂ ਦੇ, ਰੂਪੀ ਚੱਠੇ ਅੱਤ ਨੂੰ ਸਾਨੂੰ ਅੱਤ ਕਰਾਉਣੀ ਆਉਂਦੀ ਆ, ਸਾਨੂੰ ਮੀਨਿੰਗ ਪੁੱਛਣਾ ਅਣਖਾਂ ਦੇ, ਸਾਨੂੰ ਹੋਂਦ ਬਚਾਉਣੀ ਆਉਂਦੀ ਆ, ਸਾਨੂੰ ਮੀਨਿੰਗ ਪੁੱਛਣਾ ਅਣਖਾਂ ਦੇ, ਸਾਨੂੰ ਹੋਂਦ ਬਚਾਉਣੀ ਆਉਂਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।